ਇਦੇ ਨਾਲ ਆਪਾਂ ਮਿੰਟੂ ਜੀ ਆਪਾਂ ਮੈਚ ਉਹਨਾਂ ਸੀਕੇ ਥੋੜੀ ਹੋਰ ਵੀ ਗੱਲਬਾਤ ਕਰ ਲਈਏ ਪਰ ਮੈਂ ਇਧਰੋਂ ਦੇਖ ਰਿਹਾ ਕੁਝ ਕਮੈਂਟ ਹੋਇਆ ਤਾਂ ਨਹੀਂ ਤਾਂ ਹੈ ਵੈਸੇ ਸਮ ਆਲਮੋਸਟ ਖੋਚ ਲੈ ਮਿੰਟੂ ਜੀ ਪਰ ਪ੍ਰਾਲੀ ਦੇ ਮੁੱਦੇ ਉੱਤੇ ਕਿਉਂਕਿ ਹੁਣਾਂ ਝੋਨਾ ਤੁਹਾਨੂੰ ਪਤਾ ਵੈਸੇ ਤਾਂ ਖਤਮ ਹੋ ਗਿਆ ਪਰ ਇਹਦੇ ਉੱਤੇ ਸਰਕਾਰ ਕਹਿੰਨੇ ਕਿ ਪੱਲਾ ਝਾੜ ਰਹੀ ਹੈ ਨਹੀਂ ਉਹ ਕੇਂਦਰ ਦੀ ਸਰਕਾਰ ਪੱਲਾ ਝਾੜ ਰਹੀ ਹੈ ਪੰਜਾਬ ਵਾਲੇ ਪਾਸੇ ਤਾਂ ਕੋਈ ਇਸ ਤਰ੍ਹਾਂ ਕਿਉਂਕਿ ਉਹ ਪੈਸਾ ਜਿਹੜਾ ਆਇਆ ਜੀ ਐਸਾ ਖੁਰਦ-ਬੁਰਦ ਹੋਇਆ ਪਿਛਲੀਆਂ ਸਰਕਾਰਾਂ ਚ ਜੀ ਖਾਸ ਤੌਰ ਤੇ ਕਾਂਗਰਸ ਸਰਕਾਰ ਚ ਤੇ ਬਹੁਤ ਰੌਲਾ ਪਿਆ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੱਥ ਖੜੇ ਆ ਭਾਈ ਸਾਡੇ ਹੁਣ 60 40 ਵਾਲਾ ਕੰਮ ਚੱਲੂਗਾ ਅਸੀਂ 100% ਨਹੀਂ ਦੇਣਾ ਤੇ ਉਹਦੇ ਵਾਸਤੇ ਵੀ ਜੇ ਤੁਸੀਂ ਲੈਣਾ ਹੈ ਪੈਸਾ ਤੇ ਸਾਨੂੰ ਐਕਸ਼ਨ ਪਲਾਨ ਪਹਿਲਾਂ ਜਿਹੜਾ ਉਹ ਇੱਥੇ ਭੇਜੋ ਫਿਰ ਉਹ ਤੋਂ ਬਾਅਦ ਅਸੀਂ ਪੈਸਾ ਦੇਵਾਂਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਇੱਧਰ ਵੀ ਜੋ ਕ੍ਰਾਪਸ਼ਨ ਕੀਤੀ ਤੇ ਉਹਦਾ ਖਮਿਆਜ਼ਾ ਸਾਨੂੰ ਇਹ ਭੁਗਤਣਾ ਪਵੇਗਾ ਕਿ ਪੈਸਾ 60% ਦੇਣਗੇ ਉਹ ਤੇ ਉਹ ਵੀ ਉਦੋਂ ਦੇਣਗੇ ਜਦੋਂ ਐਕਸ਼ਨ ਪਲਾਨ ਜਿਹੜਾ ਉਹ ਤੁਸੀਂ ਉਹ ਲਿਖ ਕੇ ਉਹਨਾਂ ਨੂੰ ਕਲਾਉਂਗੇ अच्छा दोस्तों पहला नहीं हां जी आ, बिल्कुल आ, एक मैं ना कमेंट पढ़ रहा सी कि ਤੁਸੀਂ ਵੀ મોદી ਸਾਹਿਬ ਨਾਲ ਹੋ ਗਏ ਹੋ ਪਰ ਗੱਲ ਇਹ ਆ ਕਿ ਸੱਚ ਨੂੰ ਸੱਚ ਕਹਿਣਾ ਚਾਹੀਦਾ ਜੀ ਅਸੀਂ ਉਦਾਂ ਕਹਿ ਦਿੰਦੇ ਆ ਕੇਂਦਰ ਸਾਨੂੰ ਦਿੰਦਾ ਕੁਝ ਨਹੀਂ ਮੈਂ ਵੀ ਇਸ ਗੱਲ ਤੇ ਬਹੁਤ ਵਾਰੀ ਰੌਲਾ ਪਾਇਆ ਕਿ ਸਾਡਾ ਪੈਸਾ ਕਿਉਂ ਨਹੀਂ ਕੇਂਦਰ ਦਿੰਦਾ ਜੀ ਇਹ ਇਹ ਕਾਤੋਂ ਰੱਖੀ ਬੈਠੇ ਆ ਆਰਡੀਐਫ ਵਗੈਰਾ ਦਾ ਪਰ ਮਸਲਾ ਹੈ ਕਿ ਜਿਹੜਾ ਜਿਹੜਾ ਕੰਮ ਆਪਣੇ ਲੋਕ ਕਰਦੇ ਆ ਜੋ ਕਰਪਸ਼ਨ ਕੀਤੀ ਗਈ ਆ 90000 ਆਈਓ ਸਬਸਿਡੀ ਵਾਲੀ ਮਸ਼ੀਨ 11000 ਅਲਾਟੀਆਂ ਦੇ ਕੁਲ ਹੈ ਹੀ ਨਹੀਂ 13% ਉਹ 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 ਮਤਲਬ ਕਿ ਜਿਹੜੇ ਨਾਮ ਪਾਇਓ ਹੈ ਹੀ ਨਹੀਂ ਵਿੱਚ ਇਹ ਕੌਣ ਲੋਕ ਸੀ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਬਈ ਤੇ ਜੇ ਅਸੀਂ ਉਹ ਡਿਫੈਂਡ ਕਰਕੇ ਆਪਣੇ ਕਰਪਟ ਬੰਦੇ ਡਿਫੈਂਡ ਕਰਕੇ ਤੇ ਅਸੀਂ ਗਾਲਾਂ ਹੀ ਕੱਢੀ ਚਾਹੀਏ ਅੱਖਾਂ ਮੀਟ ਕੇ ਫਲਾਣਾ ਵੀ ਮਾੜਾ ਫਲਾਣਾ ਵੀ ਮਾੜਾ ਆ ਭਗਵੰਤ ਮਾਨ ਵੀ ਮਾੜਾ ਮੋਦੀ ਵੀ ਮਾੜਾ ਉਹ ਉਹ ਦੱਸੋ ਉਹ ਮਾੜਾ ਕੰਮ ਹੈ ਕਿ ਚੰਗਾ ਹੈ ਸਾਡੇ ਜਿੱਥੇ ਗਲਤ ਹੁੰਦੇ ਅਸੀਂ ਉੱਥੇ ਕਹਿੰਦੇ ਜਿੱਥੇ ਉਹ ਗਲਤ ਹੁੰਦੇ ਅਸੀਂ ਕਹਿੰਦੇ ਆ ਜੀ ਰਜੀਵ ਜੀ ਕਹ ਰਹੇ ਜੀ ਆਪਣੇ ਵਾਲੇ ਵੀ ਤਾੜੀਆਂ ਮਾਰੀ ਹੁੰਦੀ ਸੀ ਬਿਲਕੁਲ ਹੱਕਬੰਦ ਆ ਬਈ ਤਾੜੀਆਂ ਮਾਰਨ ਦਾ ਮਾਣ ਸੀ ਸਾਡੀ ਖੁਸ਼ੀ ਆ ਹੁਣ ਦੇਖੋ ਆ ਕੀ ਦੀ ਟੀਮ ਜਿੱਤਦੀ ਆ ਉਹਦੇ ਚ ਕਿੰਨੇ ਖਿਡਾਰੀ ਹੁੰਦੇ ਆ ਆਪਣੇ ਪੰਜਾਬ ਦੇ ਜੀ ਘਟੋ ਘਟ ਐਸ ਵੇਲੇ ਐਵਰੇਜ ਦੇਖੋਗੇ ਤਾਂ ਗਰਾਊਂਡ ਚ ਅੱਠ 10 ਖੇਡ ਰਹੇ ਹੁੰਦੇ ਆ ਸਿੰਘ 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 ਹੀ ਹੁੰਦੇ ਜਿਆਦਾ ਜੀ ਤਾਂ ਤਾੜੀ ਕੌਣ ਮਾਰਦਾ ਤਾੜੀ ਸਾਰਾ ਦੇਸ਼ ਹੀ ਮਾਰਦਾ ਨਾ ਉਹਨਾਂ ਪਿੱਛੇ ਹਾਂਜੀ ਕੀ ਟੀਮ ਖੇਡ ਰਹੀ ਆ ਜੀ ਇਹੀ ਗੱਲ ਆ ਯਾਰ ਚੰ드ਰੀਆਨ ਉਹਨਾਂ ਨੇ ਸਫਲਤਾ ਹਾਸਲ ਕੀਤੀ ਆ ਤਾਂ ਖੁਸ਼ੀ ਮਨਾਉਣੀ ਚਾਹੀਦੀ ਆ ਇਹਦੇ ਚ ਕੀ ਆ ਕੱਲ ਨੂੰ 올림픽 ਤਗਮਾ ਜਿੱਤ ਲਿਆਂਦਾ ਕਿਸੇ ਨੇ ਤੇ ਤੁਸੀਂ ਤੇ ਤਦ ਵੀ ਕਹੋਗੇ ਕਿ ਤੁਸੀਂ ਤੇ ਮੋਦੀ ਪੱਖ ਦੇ ਹੋਗੇ ਕਿ ਬਾਈ ਖੇਡਾਂ ਚ ਇਹਨਾਂ ਨੇ ਚੰਗਾ ਕੰਮ ਕੀਤਾ ਜੀ ਇਹ ਸੋਚ ਤੋਂ ਉੱਬਰੋ ਯਾਰ ਥੋੜਾ ਜਿਆ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਮਿੰਟੂ ਜੀ ਅਪ ਮੈਚ ਉਹਨਾਂ ਸੀ ਕਿ ਥੋੜੀ ਹੋਰ ਵੀ ਗੱਲਬਾਤ ਕਰ ਲਈਏ ਪਰ ਮੈਂ ਇਧਰੋਂ ਦੇਖ ਰਿਹਾ ਕੁਝ ਕਮੈਂਟ ਹੋਇਆ ਤਾਂ ਨਹੀਂ ਤਾਂ ਹੈ वैसे सम ऑलमोस्ट ਖੁੱਚਲੇ ਮਿੰਟੂ ਜੀ ਪਰ ਪ੍ਰਾਲੀ ਦੇ ਮੁੱਦੇ ਉੱਤੇ ਕਿਉਂਕਿ ਹੋਣਾ ਝੋਨਾ ਤੁਹਾਨੂੰ ਪਤਾ ਵੈਸੇ ਤਾਂ ਖਤਮ ਹੋ ਗਿਆ ਪਰ ਇਹਦੇ ਉੱਤੇ ਸਰਕਾਰ ਕਹਿੰਨੇ ਕਿ ਪੱਲਾ ਹੀ ਝਾੜ ਰਹੀ ਹੈ। ਨਹੀਂ ਉਹ ਕੇਂਦਰ ਦੀ ਸਰਕਾਰ ਪੱਲਾ ਝਾੜ ਰਹੀ ਹੈ। ਪੰਜਾਬ ਵਾਲੇ ਪਾਸੇ ਤਾਂ ਕੋਈ ਇਸ ਤਰ੍ਹਾਂ ਉਹ ਕਿਉਂਕਿ ਪੈਸਾ ਜਿਹੜਾ ਆਇਆ ਜੀ ਐਸਾ ਖੁਰਦ-ਬੁਰਦ ਹੋਇਆ ਪਿਛਲੀਆਂ ਸਰਕਾਰਾਂ 'ਚ ਜੀ ਖਾਸ ਤੌਰ ਤੇ ਕਾਂਗਰਸ ਸਰਕਾਰ 'ਤੇ ਬਹੁਤ ਰੌਲਾ ਪਿਆ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੱਥ ਖੜੇ ਆ ਭਾਈ ਸਾਡੇ ਹੁਣ 60 40 ਵਾਲਾ ਕੰਮ ਚੱਲੂਗਾ ਅਸੀਂ 100% ਨਹੀਂ ਦੇਣਾ ਤੇ ਉਹਦੇ ਵਾਸਤੇ ਵੀ ਜੇ ਤੁਸੀਂ ਲੈਣਾ ਹੈ ਪੈਸਾ ਤੇ ਸਾਨੂੰ ਐਕਸ਼ਨ ਪਲਾਨ ਪਹਿਲਾਂ ਜਿਹੜਾ ਉਹ ਇੱਥੇ ਭੇਜੋ ਫਿਰ ਉਹ ਤੋਂ ਬਾਅਦ ਅਸੀਂ ਪੈਸਾ ਦੇਵਾਂਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਇੱਧਰ ਵੀ ਜੋ ਕ੍ਰਾਪਸ਼ਨ ਕੀਤੀ ਤੇ ਉਹਦਾ ਖਮਿਆਜ਼ਾ ਸਾਨੂੰ ਇਹ ਭੁਗਤਣਾ ਪਵੇਗਾ ਕਿ ਪੈਸਾ 60% ਦੇਣਗੇ ਉਹ ਤੇ ਉਹ ਵੀ ਉਦੋਂ ਦੇਣਗੇ ਜਦੋਂ ਐਕਸ਼ਨ ਪਲਾਨ ਜਿਹੜਾ ਉਹ ਤੁਸੀਂ ਉਹ ਲਿਖ ਕੇ ਉਹਨਾਂ ਨੂੰ ਕਲਾਉਂਗੇ ਚਾ ਉਸ ਤੋਂ ਪਹਿਲਾਂ ਨਹੀਂ ਹਾਂਜੀ ਬਿਲਕੁਲ ਇੱਕ ਮੈਂ ਨਾ ਕਮੈਂਟ ਪੜ ਰਿਹਾ ਸੀ ਕਿ ਤੁਸੀਂ ਵੀ ਮੋਦੀ ਸਾਹਿਬ ਨਾਲ ਹੋ ਗਏ ਹੋ ਪਰ ਗੱਲ ਇਹ ਆ ਕਿ ਸੱਚ ਨੂੰ ਸੱਚ ਕਹਿਣਾ ਚਾਹੀਦਾ ਜੀ ਅਸੀਂ ਉਦਾਂ ਕਹਿ ਦਿੰਨੇ ਆ ਕੇਂਦਰ ਸਾਨੂੰ ਦਿੰਦਾ ਕੁਝ ਨਹੀਂ ਮੈਂ ਵੀ ਇਸ ਗੱਲ ਤੇ ਬਹੁਤ ਵਾਰੀ ਰੌਲਾ ਪਾਇਆ ਕਿ ਸਾਡਾ ਪੈਸਾ ਕਿਉਂ ਨਹੀਂ ਕੇਂਦਰ ਦਿੰਦਾ ਜੀ ਇਹ ਇਹ ਕਾਤੋਂ ਰੱਖੀ ਬੈਠੇ ਆ ਆਰਡੀਐਫ ਵਗੈਰਾ ਦਾ ਪਰ ਮਸਲਾ ਹੈ ਕਿ ਜਿਹੜਾ ਜਿਹੜਾ ਕੰਮ ਆਪਣੇ ਲੋਕ ਕਰਦੇ ਆ ਜੋ ਕਰਪਸ਼ਨ ਕੀਤੀ ਗਈ ਆ 90000 ਆਈਓ ਸਬਸਿਡੀ ਵਾਲੀ ਮਸ਼ੀਨ 11000 ਅਲਾਟੀਆਂ ਦੇ ਕੁਲ ਹੈ ਹੀ ਨਹੀਂ 13% ਉਹ 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 ਮਤਲਬ ਕਿ ਜਿਹੜੇ ਨਾਮ ਪਾਇਓ ਹੈ ਹੀ ਨਹੀਂ ਵਿੱਚ ਇਹ ਕੌਣ ਲੋਕ ਸੀ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਬਈ ਤੇ ਜੇ ਅਸੀਂ ਉਹ ਡਿਫੈਂਡ ਕਰਕੇ ਆਪਣੇ ਕਰਪਟ ਬੰਦੇ ਡਿਫੈਂਡ ਕਰਕੇ ਤੇ ਅਸੀਂ ਗਾਲਾਂ ਹੀ ਕੱਢੀ ਚਾਹੀਏ ਅੱਖਾਂ ਮੀਟ ਕੇ ਫਲਾਣਾ ਵੀ ਮਾੜਾ ਫਲਾਣਾ ਵੀ ਮਾੜਾ ਆ ਭਗਵੰਤ ਮਾਨ ਵੀ ਮਾੜਾ ਮੋਦੀ ਵੀ ਮਾੜਾ ਉਹ ਉਹ ਦੱਸੋ ਉਹ ਮਾੜਾ ਕੰਮ ਹੈ ਕਿ ਚੰਗਾ ਹੈ ਸਾਡੇ ਜਿੱਥੇ ਗਲਤ ਹੁੰਦੇ ਅਸੀਂ ਉੱਥੇ ਕਹਿੰਦੇ ਜਿੱਥੇ ਉਹ ਗਲਤ ਹੁੰਦੇ ਅਸੀਂ ਕਹਿੰਦੇ ਆ ਜੀ ਰਜੀਵ ਜੀ ਕਹ ਰਹੇ ਜੀ ਆਪਣੇ ਵਾਲੇ ਵੀ ਤਾੜੀਆਂ ਮਾਰੀ ਹੁੰਦੇ ਸੀ ਬਿਲਕੁਲ ਹੱਕਬੰਦ ਆ ਬਈ ਤਾੜੀਆਂ ਮਾਰਨ ਦਾ ਮਾਣ ਸਾਡੀ ਖੁਸ਼ੀ ਆ ਹੁਣ ਦੇਖੋ ਆ ਕੀ ਦੀ ਟੀਮ ਜਿੱਤਦੀ ਆ ਉਹਦੇ ਚ ਕਿੰਨੇ ਖਿਡਾਰੀ ਹੁੰਦੇ ਆ ਆਪਣੇ ਪੰਜਾਬ ਦੇ ਜੀ ਘਟੋ ਘਟ ਐਸ ਵੇਲੇ ਐਵਰੇਜ ਦੇਖੋਗੇ ਤਾਂ ਗਰਾਊਂਡ ਚ ਅੱਠ 10 ਖੇਡ ਰਹੇ ਹੁੰਦੇ ਆ ਸਿੰਘ 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 ਹੀ ਹੁੰਦੇ ਆ ਜ਼ਿਆਦਾ ਜੀ ਤਾਂ ਤਾੜੀ ਕੌਣ ਮਾਰਦਾ ਤਾੜੀ ਸਾਰਾ ਦੇਸ਼ ਹੀ ਮਾਰਦਾ ਨਾ ਉਹਨਾਂ ਪਿੱਛੇ ਹਾਂਜੀ ਟੀਮ ਖੇਡ ਰਹੀ ਹੈ ਜੀ ਇਹੀ ਗੱਲ ਹੈ ਯਾਰ ਚੰ드ਰਯਾਨ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਇਹਦੇ 'ਚ ਕੀ ਆ ਕੱਲ ਨੂੰ 올림픽 ਤਗਮਾ ਜਿੱਤ ਲਿਆ ਹੁੰਦਾ ਕਿਸੇ ਨੇ ਤੇ ਤੁਸੀਂ ਤੇ ਤਦ ਵੀ ਕਹੋਗੇ ਕਿ ਤੁਸੀਂ ਤੇ ਮੋਦੀ ਪੱਖ ਦੇ ਹੋਗੇ ਕਿ ਬਾਈ ਖੇਡਾਂ 'ਚ ਇਹਨਾਂ ਨੇ ਚੰਗਾ ਕੰਮ ਕੀਤਾ ਜੀ ਇਹ ਸੋਚ ਤੋਂ ਉੱبرੋ ਯਾਰ ਥੋੜਾ ਜਿਆ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਮਿੰਟੂ ਜੀ ਅਪ ਮੈਚ ਉਹਨਾਂ ਸੀ ਕਿ ਥੋੜੀ ਹੋਰ ਵੀ ਗੱਲਬਾਤ ਕਰ ਲਈਏ ਪਰ ਮੈਂ ਇਧਰੋਂ ਦੇਖ ਰਿਹਾ ਕੁਝ ਕਮੈਂਟ ਹੋਇਆ ਤਾਂ ਨਹੀਂ ਤਾਂ ਹੈ वैसे संभाल मोस्ट होचले मिंटू जी पर पराली के मुद्दे पे क्योंकि होना छोना ਤੁਹਾਨੂੰ ਪਤਾ ਵੈਸੇ ਤਾਂ ਖਤਮ ਹੋ ਗਿਆ ਪਰ ਇਹਦੇ ਉੱਤੇ ਸਰਕਾਰ ਕਹਿੰਨੇ ਕਿ ਪੱਲਾ ਹੀ ਝਾੜ ਰਹੀ ਹੈ। ਨਹੀਂ ਉਹ ਕੇਂਦਰ ਦੀ ਸਰਕਾਰ ਪੱਲਾ ਝਾੜ ਰਹੀ ਹੈ। ਪੰਜਾਬ ਵਾਲੇ ਪਾਸੇ ਤਾਂ ਕੋਈ ਇਸ ਤਰ੍ਹਾਂ ਨਹੀਂ ਕਿਉਂਕਿ ਉਹ ਪੈਸਾ ਜਿਹੜਾ ਆਇਆ ਜੀ ਐਸਾ ਖੁਰਦ-ਬੁਰਦ ਹੋਇਆ ਪਿਛਲੀਆਂ ਸਰਕਾਰਾਂ ਚ ਜੀ ਖਾਸ ਤੌਰ ਤੇ ਕਾਂਗਰਸ ਸਰਕਾਰ ਚ ਤੇ ਬਹੁਤ ਰੌਲਾ ਪਿਆ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੱਥ ਖੜੇ ਆ ਭਾਈ ਸਾਡੇ ਹੁਣ 60 40 ਵਾਲਾ ਕੰਮ ਚੱਲੂਗਾ ਅਸੀਂ 100% ਨਹੀਂ ਦੇਣਾ ਤੇ ਉਹਦੇ ਵਾਸਤੇ ਵੀ ਜੇ ਤੁਸੀਂ ਲੈਣਾ ਹੈ ਪੈਸਾ ਤੇ ਸਾਨੂੰ ਐਕਸ਼ਨ ਪਲਾਨ ਪਹਿਲਾਂ ਜਿਹੜਾ ਹੈ ਉਹ ਇੱਥੇ ਭੇਜੋ ਫਿਰ ਉਹ ਤੋਂ ਬਾਅਦ ਅਸੀਂ ਪੈਸਾ ਦੇਵਾਂਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਇੱਧਰ ਵੀ ਜੋ ਕਰਪਸ਼ਨ ਕੀਤੀ ਤੇ ਉਹਦਾ ਖਮਿਆਜ਼ਾ ਸਾਨੂੰ ਇਹ ਭੁਗਤਣਾ ਪਵੇਗਾ ਕਿ ਪੈਸਾ 60% ਦੇਣਗੇ ਉਹ ਤੇ ਉਹ ਵੀ ਉਦੋਂ ਦੇਣਗੇ ਜਦੋਂ ਐਕਸ਼ਨ ਪਲਾਨ ਜਿਹੜਾ ਹੈ ਉਹ ਤੁਸੀਂ ਉਹ ਲਿਖ ਕੇ ਉਹਨਾਂ ਨੂੰ ਕਲਾਉਂਗੇ ਪਛੋ ਉਸ ਤੋਂ ਪਹਿਲਾਂ ਨਹੀਂ ਹਾਂਜੀ ਉਹ ਬਿਲਕੁਲ ਆ ਇੱਕ ਮੈਂ ਨਾ ਕਮੈਂਟ ਪੜ ਰਿਆ ਸੀ ਕਿ ਤੁਸੀਂ ਵੀ ਮੋਦੀ ਸਾਹਿਬ ਨਾਲ ਹੋ ਗਏ ਹੋ ਪਰ ਗੱਲ ਇਹ ਆ ਕਿ ਸੱਚ ਨੂੰ ਸੱਚ ਕਹਿਣਾ ਚਾਹੀਦਾ ਜੀ ਅਸੀਂ ਉਦਾਂ ਕਹਿ ਦਿੰਨੇ ਕੇਂਦਰ ਸਾਨੂੰ ਦਿੰਦਾ ਕੁਝ ਨਹੀਂ ਮੈਂ ਵੀ ਇਸ ਗੱਲ ਤੇ ਬਹੁਤ ਵਾਰੀ ਰੌਲਾ ਪਾਇਆ ਕਿ ਸਾਡਾ ਪੈਸਾ ਕਿਉਂ ਨਹੀਂ ਕੇਂਦਰ ਦਿੰਦਾ ਜੀ ਇਹ ਇਹ ਕਾਤੋਂ ਰੱਖੀ ਬੈਠੇ ਆ ਆਰਡੀਐਫ ਵਗੈਰਾ ਦਾ ਪਰ ਮਸਲਾ ਹੈ ਕਿ ਜਿਹੜਾ ਜਿਹੜਾ ਕੰਮ ਆਪਣੇ ਲੋਕ ਕਰਦੇ ਆ ਜੋ ਕਰਪਸ਼ਨ ਕੀਤੀ ਗਈ ਆ 90000 ਆਈਓ ਸਬਸਿਡੀ ਵਾਲੀ ਮਸ਼ੀਨ 11000 ਅਲਾਟੀਆਂ ਦੇ ਕੁੱਲ ਹੈ ਹੀ ਨਹੀਂ 13% ਉਹ 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 ਮਤਲਬ ਕਿ ਜਿਹੜੇ ਨਾਮ ਪਾਇਓ ਹੈ ਹੀ ਨਹੀਂ ਵਿੱਚ ਇਹ ਕੌਣ ਲੋਕ ਸੀ ਕਿ ਜਿਨ੍ਹਾਂ ਨੇ ਕਰਾਪਸ਼ਨ ਕੀਤੀ ਹੈ ਬਈ ਤੇ ਜੇ ਅਸੀਂ ਉਹ ਡਿਫੈਂਡ ਕਰਕੇ ਆਪਣੇ ਕਰਾਪਟ ਬੰਦੇ ਡਿਫੈਂਡ ਕਰਕੇ ਤੇ ਅਸੀਂ ਗਾਲਾਂ ਹੀ ਕੱਢੀ ਜਾਈਏ ਅੱਖਾਂ ਮੀਟ ਕੇ ਫਲਾਣਾ ਵੀ ਮਾੜਾ ਫਲਾਣਾ ਵੀ ਮਾੜਾ ਆ ਭਗਵੰਤ ਮਾਨ ਵੀ ਮਾੜਾ ਮੋਦੀ ਵੀ ਮਾੜਾ ਉਹ ਉਹ ਦੱਸੋ ਉਹ ਮਾੜਾ ਕੰਮ ਹੈ ਕਿ ਚੰਗਾ ਹੈ ਸਾਡੇ ਜਿੱਥੇ ਗਲਤ ਹੁੰਦੇ ਅਸੀਂ ਉੱਥੇ ਕਹਿੰਦੇ ਜਿੱਥੇ ਉਹ ਗਲਤ ਹੁੰਦੇ ਅਸੀਂ ਕਹਿੰਦੇ ਆ ਜੀ ਰਜੀਵ ਜੀ ਕਹਰੇ ਜੀ ਆਪਣੇ ਵਾਲੇ ਵੀ ਤਾੜੀਆਂ ਮਾਰੀ ਹੁੰਦੀ ਸੀ ਬਿਲਕੁਲ ਹੱਕਬੰਦ ਆ ਬਈ ਤਾੜੀਆਂ ਮਾਰਨ ਦਾ ਮਾਣ ਸੀ ਜੀ ਖੁਸ਼ੀ ਆ ਹਾਂ ਦੇਖੋ ਆ ਕੀ ਦੀ ਟੀਮ ਜਿੱਤਦੀ ਹੈ ਉਹਦੇ ਚ ਕਿੰਨੇ ਖਿਡਾਰੀ ਹੁੰਦੇ ਆ ਆਪਣੇ ਪੰਜਾਬ ਦੇ ਜੀ ਘਟੋ ਘਟ ਐਸ ਵੇਲੇ ਐਵਰੇਜ ਦੇਖੋਗੇ ਤਾਂ ਗਰਾਊਂਡ ਚ ਅਠ 10 ਖੇਡ ਰਹੇ ਹੁੰਦੇ ਆ ਸਿੰਘ 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 ਹੀ ਹੁੰਦੇ ਜਿਆਦਾ ਜੀ ਤਾਂ ਤਾੜੀ ਕੌਣ ਮਾਰਦਾ ਹੈ ਤਾੜੀ ਸਾਰਾ ਦੇਸ਼ ਹੀ ਮਾਰਦਾ ਨਾ ਉਹਨਾਂ ਪਿੱਛੇ ਹਾਂਜੀ ਕੀ ਟੀਮ ਖੇਡ ਰਹੀ ਹੈ ਜੀ ਇਹੀ ਗੱਲ ਹੈ ਯਾਰ ਚੰ드ਰੀਆਨ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਇਹਦੇ ਚ ਕੀ ਆ ਕੱਲ ਨੂੰ 올림픽 ਤਗਮਾ ਜਿੱਤ ਲਿਆਉਂਦਾ ਕਿਸੇ ਨੇ ਤੇ ਤੁਸੀਂ ਤੇ ਤਦ ਵੀ ਕਹੋਗੇ ਕਿ ਤੁਸੀਂ ਤੇ ਮੋਦੀ ਪੱਖ ਦੇ ਹੋਗੇ ਕਿ ਬਾਈ ਖੇਡਾਂ ਚ ਇਹਨਾਂ ਨੇ ਚੰਗਾ ਕੰਮ ਕੀਤਾ ਇਹ ਸੋਚ ਤੋਂ ਉੱਭਰੋ ਯਾਰ ਥੋੜਾ ਜਿਆ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਮਿੰਟੂ ਜੀ ਅਪ ਮੈਚ ਉਹਨਾਂ ਸੀ ਕਿ ਥੋੜੀ ਹੋਰ ਵੀ ਗੱਲਬਾਤ ਕਰ ਲਈਏ ਪਰ ਮੈਂ ਇਧਰੋਂ ਦੇਖ ਰਿਹਾ ਕੁਝ ਕਮੈਂਟ ਹੋਇਆ ਤਾਂ ਨਹੀਂ ਤਾਂ ਹੈ ਵੈਸੇ ਸਮ ਆਲਮੋਸਟ ਖੋਚ ਲੈ ਮਿੰਟੂ ਜੀ ਪਰ ਪ੍ਰਾਲੀ ਦੇ ਮੁੱਦੇ ਉੱਤੇ ਕਿਉਂਕਿ ਹੁਣਾਂ ਛੋਣਾ ਤੁਹਾਨੂੰ ਪਤਾ ਵੈਸੇ ਤਾਂ ਖਤਮ ਹੋ ਗਿਆ ਪਰ ਇਹਦੇ ਉੱਤੇ ਸਰਕਾਰ ਕਹਿੰਨੇ ਕਿ ਪੱਲਾ ਹੀ ਝਾੜ ਰਹੀ ਹੈ ਜੀ ਨਹੀਂ ਉਹ ਕੇਂਦਰ ਦੀ ਸਰਕਾਰ ਪੱਲਾ ਝਾੜ ਰਹੀ ਹੈ ਪੰਜਾਬ ਵਾਲੇ ਪਾਸੇ ਤਾਂ ਕੋਈ ਇਸ ਤਰ੍ਹਾਂ ਉਹ ਕਿਉਂਕਿ ਉਹ ਪੈਸਾ ਜਿਹੜਾ ਆਇਆ ਜੀ ਐਸਾ ਖੁਰਦ-ਬੁਰਦ ਹੋਇਆ ਪਿਛਲੀਆਂ ਸਰਕਾਰਾਂ 'ਚ ਜੀ ਖਾਸ ਤੌਰ ਤੇ ਕਾਂਗਰਸ ਸਰਕਾਰ ਚ ਤੇ ਬਹੁਤ ਰੌਲਾ ਪਿਆ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੱਥ ਖੜੇ ਆ ਭਾਈ ਸਾਡੇ ਹੁਣ 60 40 ਵਾਲਾ ਕੰਮ ਚੱਲੂਗਾ ਅਸੀਂ 100% ਨਹੀਂ ਦੇਣਾ ਤੇ ਉਹਦੇ ਵਾਸਤੇ ਵੀ ਜੇ ਤੁਸੀਂ ਲੈਣਾ ਹੈ ਪੈਸਾ ਤੇ ਸਾਨੂੰ ਐਕਸ਼ਨ ਪਲਾਨ ਪਹਿਲਾਂ ਜਿਹੜਾ ਉਹ ਇੱਥੇ ਭੇਜੋ ਫਿਰ ਉਹ ਤੋਂ ਬਾਅਦ ਅਸੀਂ ਪੈਸਾ ਦੇਵਾਂਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਇੱਧਰ ਵੀ ਜੋ ਕ੍ਰਾਪਸ਼ਨ ਕੀਤੀ ਤੇ ਉਹਦਾ ਖਮਿਆਜ਼ਾ ਸਾਨੂੰ ਇਹ ਭੁਗਤਣਾ ਪਵੇਗਾ ਕਿ ਪੈਸਾ 60% ਦੇਣਗੇ ਉਹ ਤੇ ਉਹ ਵੀ ਉਦੋਂ ਦੇਣਗੇ ਜਦੋਂ ਐਕਸ਼ਨ ਪਲਾਨ ਜਿਹੜਾ ਉਹ ਤੁਸੀਂ ਉਹ ਲਿਖ ਕੇ ਉਹਨਾਂ ਨੂੰ ਕਲਾਉਂਗੇ अच्छा दोस्तों पहला नहीं हां जी आ, बिल्कुल आ, एक मैं ना कमेंट पढ़ रहा सी कि ਤੁਸੀਂ ਵੀ મોદી ਸਾਹਿਬ ਨਾਲ ਹੋ ਗਏ ਹੋ ਪਰ ਗੱਲ ਇਹ ਆ ਕਿ ਸੱਚ ਨੂੰ ਸੱਚ ਕਹਿਣਾ ਚਾਹੀਦਾ ਜੀ ਅਸੀਂ ਉਦਾਂ ਕਹਿ ਦਿੰਦੇ ਹਾਂ ਕੇਂਦਰ ਸਾਨੂੰ ਦਿੰਦਾ ਕੁਝ ਨਹੀਂ ਮੈਂ ਵੀ ਇਸ ਗੱਲ ਤੇ ਬਹੁਤ ਵਾਰੀ ਰੌਲਾ ਪਾਇਆ ਕਿ ਸਾਡਾ ਪੈਸਾ ਕਿਉਂ ਨਹੀਂ ਕੇਂਦਰ ਦਿੰਦਾ ਜੀ ਇਹ ਇਹ ਕਾਤੋਂ ਰੱਖੀ ਬੈਠੇ ਆ ਆਰਡੀਐਫ ਵਗੈਰਾ ਦਾ ਪਰ ਮਸਲਾ ਹੈ ਕਿ ਜਿਹੜਾ ਜਿਹੜਾ ਕੰਮ ਆਪਣੇ ਲੋਕ ਕਰਦੇ ਆ ਜੋ ਕਰਪਸ਼ਨ ਕੀਤੀ ਗਈ ਆ 90000 ਆਈਓ ਸਬਸਿਡੀ ਵਾਲੀ ਮਸ਼ੀਨ 11000 ਅਲਾਟੀਆਂ ਦੇ ਕੁਲ ਹੈ ਹੀ ਨਹੀਂ 13% ਉਹ 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 ਮਤਲਬ ਕਿ ਜਿਹੜੇ ਨਾਮ ਪਾਇਓ ਹੈ ਹੀ ਨਹੀਂ ਵਿੱਚ ਇਹ ਕੌਣ ਲੋਕ ਸੀ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਬਈ ਤੇ ਜੇ ਅਸੀਂ ਉਹ ਡਿਫੈਂਡ ਕਰਕੇ ਆਪਣੇ ਕਰਪਟ ਬੰਦੇ ਡਿਫੈਂਡ ਕਰਕੇ ਤੇ ਅਸੀਂ ਗਾਲਾਂ ਹੀ ਕੱਢੀ ਜਾਈਏ ਅੱਖਾਂ ਮੀਟ ਕੇ ਫਲਾਣਾ ਵੀ ਮਾੜਾ ਫਲਾਣਾ ਵੀ ਮਾੜਾ ਆ ਭਗਵੰਤ ਮਾਨ ਵੀ ਮਾੜਾ ਮੁਰਦੀ ਵੀ ਮਾੜਾ ਉਹ ਉਹ ਦੱਸੋ ਉਹ ਮਾੜਾ ਕੰਮ ਹੈ ਕਿ ਚੰਗਾ ਹੈ ਸਾਡੇ ਜਿੱਥੇ ਗਲਤ ਹੁੰਦੇ ਅਸੀਂ ਉੱਥੇ ਕਹਿੰਦੇ ਜਿੱਥੇ ਉਹ ਗਲਤ ਹੁੰਦੇ ਅਸੀਂ ਕਹਿੰਦੇ ਆ ਜੀ ਰਜੀਵ ਜੀ ਕਹ ਰਹੇ ਜੀ ਆਪਣੇ ਵਾਲੇ ਵੀ ਤਾੜੀਆਂ ਮਾਰੀ ਹੁੰਦੀ ਸੀ ਬਿਲਕੁਲ ਹੱਕਬੰਦ ਆ ਬਈ ਤਾੜੀਆਂ ਮਾਰਨ ਦਾ ਮਾਣ ਸੀ ਸਾਡੀ ਖੁਸ਼ੀ ਆ ਹੁਣ ਦੇਖੋ ਆ ਕੀ ਦੀ ਟੀਮ ਜਿੱਤਦੀ ਆ ਉਹਦੇ ਚ ਕਿੰਨੇ ਖਿਡਾਰੀ ਹੁੰਦੇ ਆ ਆਪਣੇ ਪੰਜਾਬ ਦੇ ਜੀ ਘਟੋ ਘਟ ਐਸ ਵੇਲੇ ਐਵਰੇਜ ਦੇਖੋਗੇ ਤਾਂ ਗਰਾਊਂਡ ਚ ਅੱਠ 10 ਖੇਡ ਰਹੇ ਹੁੰਦੇ ਆ ਸਿੰਘ 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 ਹੀ ਹੁੰਦੇ ਜਿਆਦਾ ਜੀ ਤਾਂ ਤਾੜੀ ਕੌਣ ਮਾਰਦਾ ਤਾੜੀ ਸਾਰਾ ਦੇਸ਼ ਹੀ ਮਾਰਦਾ ਨਾ ਉਹਨਾਂ ਪਿੱਛੇ ਹਾਂਜੀ ਕੀ ਟੀਮ ਖੇਡ ਰਹੀ ਆ ਜੀ ਇਹੀ ਗੱਲ ਆ ਯਾਰ ਚੰ드ਰੀਆਨ ਉਹਨਾਂ ਨੇ ਸਫਲਤਾ ਹਾਸਲ ਕੀਤੀ ਆ ਤਾਂ ਖੁਸ਼ੀ ਮਨਾਉਣੀ ਚਾਹੀਦੀ ਆ ਇਹਦੇ ਚ ਕੀ ਆ ਕੱਲ ਨੂੰ 올림픽 ਤਗਮਾ ਜਿੱਤ ਲਿਆਂਦਾ ਕਿਸੇ ਨੇ ਤੇ ਤੁਸੀਂ ਤੇ ਤਦ ਵੀ ਕਹੋਗੇ ਕਿ ਤੁਸੀਂ ਤੇ ਮੋਦੀ ਪੱਖ ਦੇ ਹੋਗੇ ਕਿ ਬਾਈ ਖੇਡਾਂ ਚ ਇਹਨਾਂ ਨੇ ਚੰਗਾ ਕੰਮ ਕੀਤਾ ਜੀ ਇਹ ਸੋਚ ਤੋਂ ਉੱਬਰੋ ਯਾਰ ਥੋੜਾ ਜਿਆ ਹਾਂਜੀ ਹਾਂਜੀ